ਆਪ ਜੀ ਨਾਲ ਵੀਡੀਓਜ਼ ਰਾਹੀਂ ਪੋਸਟਾਂ ਰਾਹੀਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਅਸੀਂ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਾਂ ਪੰਜਾਬ ਤੋਂ ਹਵਾਈ ਸੰਪਰਕ ਬਾਰੇ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੰਜਾਬ ਤੋਂ ਕਿਵੇਂ ਤੁਸੀਂ ਸਿੱਧਾ ਵਿਦੇਸ਼ ਨੂੰ ਜਾ ਸਕਦੇ ਹੋ। ਅਤੇ ਇੱਕ ਹੋਰ ਇਸ਼ੂ ਜਿਹੜੀ ਹੈ ਉਹ ਅਸੀਂ ਗੱਲ ਕਰਦੇ ਹਾਂ ਕਾਰਗੋ ਦੀ। ਕੋਈ ਵੀ ਫਲਾਈਟ ਹੋਵੇ ਨਾਲ ਦੀ ਨਾਲ ਜੇਕਰ ਅਸੀਂ ਉਸ ਸਟੇਟ ਨੂੰ, ਸਾਡੇ ਜਿਹੜੇ ਵਿਦੇਸ਼ ਵਿੱਚ ਪੰਜਾਬੀ ਰਹਿੰਦੇ ਨੇ ਉਹ ਪੰਜਾਬ ਦਾ ਬਹੁਤ ਖਿਆਲ ਕਰਦੇ ਨੇ, ਅਤੇ ਕੋਈ ਵੀ ਸੂਬੇ ਲਈ ਜੇਕਰ ਉਹ ਵਿਦੇਸ਼ ਵਿੱਚ ਆਪਣਾ ਸਮਾਨ ਐਕਸਪੋਰਟ ਕਰਾ ਸਕਣ ਤਾਂ ਉਹ ਇੱਕ ਬਹੁਤ ਹੀ ਫਾਇਦੇਮੰਦ ਬਿਜ਼ਨਸ ਹੈ। ਕੋਈ ਸਬਜ਼ੀ ਹੋ ਜਾਏ ਡਾਲਰਾਂ ਵਿੱਚ ਪਾਊਂਡਸ ਵਿੱਚ ਉਹਨਾਂ ਨੂੰ ਪੈਸੇ ਮਿਲ ਸਕਦੇ ਨੇ। ਸੋ ਇਸੇ ਤਰ੍ਹਾਂ ਕੋਈ ਵੀ ਸਮਾਨ ਹੋਵੇ, ਗਾਰਮੈਂਟਸ, ਪੰਜਾਬ 'ਚ ਹੋਰ ਵੀ ਸਪੋਰਟਸ ਇਕੁਇਪਮੈਂਟ ਨੇ, ਹੋਰ ਬੜੇ ਨੇ, ਅਤੇ ਹੁਣ ਵਿਦੇਸ਼ ਨੂੰ ਪੰਜਾਬ ਤੋਂ ਕਾਫੀ ਫਲਾਈਟਸ ਜਿਹੜੀਆਂ ਨੇ ਉਹ ਜਾਂਦੀਆਂ ਨੇ ਪੰਜਾਬ ਤੋਂ ਲੰਡਨ, ਬਰਮਿੰਗਮ ਅਤੇ ਇਟਲੀ ਦੇ ਰੋਮ ਅਤੇ ਮਿਲਾਨ, ਨਿਊਜ਼ ਏਅਰਲਾਈਨ, ਲੰਡਨ ਬਰਮਿੰਗਮ ਏਅਰ ਇੰਡੀਆ, ਇਸੇ ਤਰ੍ਹਾਂ ਦੁਬਈ, ਸ਼ਾਰਜਾ, ਦੋਹਾ, ਇਹ ਡੈਸਟੀਨੇਸ਼ਨ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਮਿਲਾਨ, ਫਿਰ ਮਿਲਾਨ ਤੋਂ ਟੋਰਾਂਟੋ ਜਿਹੜੀ ਹੈ ਉਹ ਵੀ ਫਲਾਈਟ ਜਾਂਦੀ ਹੈ। ਜੇਕਰ ਆਪਾਂ ਗੱਲ ਕਰੀਏ ਸਾਊਥ ਈਸਟ ਏਸ਼ੀਆ ਦੀ ਤਾਂ ਉੱਥੇ ਵੀ ਅੰਮ੍ਰਿਤਸਰ ਤੋਂ ਮਲੇਸ਼ੀਆ ਦੀਆਂ 3 ਏਅਰਲਾਈਨਸ, ਕੁਆਲਾਲੰਪੁਰ ਅਤੇ ਫਿਰ ਸਕੂਟ ਸਿੰਗਾਪੁਰ, ਅਤੇ ਹੁਣ ਇੱਕ ਹੋਰ ਨਵੀਂ ਏਅਰਲਾਈਨ ਸ਼ੁਰੂ ਹੋਣ ਜਾ ਰਹੀ ਹੈ 28 ਅਕਤੂਬਰ ਤੋਂ, ਥਾਈ ਲਾਇਨ ਏਅਰ। ਸੋ ਗੱਲ ਕਰ ਰਹੇ ਹਾਂ ਐਕਸਪੋਰਟ ਦੀ, ਕਾਰਗੋ ਦੀ, ਅਤੇ ਕਾਰਗੋ ਵਿੱਚ ਅੰਮ੍ਰਿਤਸਰ ਇੱਕ ਕਾਰਗੋ ਟਰਮੀਨਲ ਹੈ, ਪਰ ਉੱਥੇ ਇੰਨਾ ਕਾਰਗੋ ਨਹੀਂ ਸੀ ਜਾ ਰਿਹਾ, ਪਰ ਪਿਛਲੇ ਕੁਝ ਸਮੇਂ 'ਤੇ ਕਾਫੀ ਵੱਡੀ ਗਿਣਤੀ ਵਿੱਚ, ਕਾਫੀ ਵੱਡੀ ਅਮਾਊਂਟ 'ਚ ਕਾਰਗੋ ਜਾਣਾ ਸ਼ੁਰੂ ਹੋਇਆ ਸੀ, ਖਾਸ ਕਰਕੇ UK, ਅੰਮ੍ਰਿਤਸਰ ਤੋਂ ਬਰਮਿੰਗਮ ਅਤੇ ਲੰਡਨ ਦੀਆਂ ਜਿਹੜੀਆਂ 3-3 ਫਲਾਈਟਸ ਨੇ ਹਫ਼ਤੇ 'ਚ, ਏਅਰ ਇੰਡੀਆ ਦੀਆਂ ਤਕਰੀਬਨ 15 ਟਨ, ਜੋ ਸਾਨੂੰ ਜਾਣਕਾਰੀ ਹੈ, ਨੌਲੇਜ ਹੈ, 15 ਟਨ ਤੱਕ ਜਿਹੜਾ ਕਾਰਗੋ ਹੈ ਜਾ ਸਕਦਾ ਹੈ। ਅਤੇ ਉਹਦੇ ਵਿੱਚ ਗਰਮੀਆਂ ਸ਼ੁਰੂ ਹੋਣ ਤੋਂ ਜੂਨ ਵਿੱਚ ਵੀ, ਮਈ ਜੂਨ 'ਚ ਲੀਚੀ ਜਿਹੜੀ ਸੀ ਉਹ ਗਈ ਸੀ, ਅਤੇ ਹੋਰ ਵੀ ਸਮਾਨ ਜਾਣਾ ਸ਼ੁਰੂ ਹੋਇਆ। ਸਾਨੂੰ ਖੁਦ ਹੈਰਾਨੀ ਹੋ ਰਹੀ ਸੀ ਕਿ ਇੰਨਾ ਕਾਰਗੋ, ਕਿਉਂਕਿ ਇਸ ਪਾਸੇ ਵੱਲ ਅਸੀਂ ਇੰਨਾ ਧਿਆਨ ਨਹੀਂ ਦੇ ਰਹੇ ਸੀ। ਤਕਰੀਬਨ 300 ਤੋਂ 350 ਟਨ ਕਾਰਗੋ ਹਰ ਮਹੀਨੇ ਜਾ ਰਿਹਾ ਸੀ। ਇਹਦੇ ਨਾਲ ਬਿਜ਼ਨਸ ਨੂੰ ਫਾਇਦਾ ਹੋ ਰਿਹਾ ਸੀ, ਏਅਰਲਾਈਨ ਨੂੰ ਵੀ, ਜਿਹੜੀ ਸਪੇਸ ਹੈ ਉਹਨਾਂ ਦੀ ਜਿਹਨੂੰ ਬੈਲੀ ਸਪੇਸ ਕਹਿੰਦੇ ਨੇ, ਉਹਦੇ ਵਿੱਚ ਵੀ ਸਮਾਨ ਜਾਂਦਾ ਹੈ, ਅਤੇ ਨਾਲੇ ਜੇ ਕਿਤੇ ਸਵਾਰੀਆਂ ਘੱਟ ਹੈ ਤਾਂ ਉਹਨਾਂ ਨੂੰ ਘਾਟਾ ਜਿਹੜਾ ਪੂਰਾ ਕਰਨਾ ਜਾਂ ਹੋਰ ਉਹਨਾਂ ਨੂੰ ਮੁਨਾਫਾ ਇਹ ਤੋਂ ਹੋ ਸਕਦਾ ਹੈ। ਏਅਰਪੋਰਟ ਨੂੰ ਵੀ ਕਮਾਈ ਹੁੰਦੀ ਹੈ, ਪਰ ਨਾਲ ਦੀ ਨਾਲ ਬਿਜ਼ਨਸਿਸ ਨੂੰ, ਗਾਰਮੈਂਟਸ, ਹੋਰ ਬੜਾ ਸਮਾਨ ਜਾ ਰਿਹਾ ਸੀ। ਦੁੱਖ ਵਾਲੀ ਗੱਲ ਹੈ, ਕੁਛ ਦਿਨ ਪਹਿਲਾਂ ਫਲਾਈ ਅੰਮ੍ਰਿਤਸਰ ਨੂੰ, ਖਾਸ ਕਰਕੇ ਮੈਂ ਅਮੈਰੀਕਾ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ, ਕੁਝ ਐਕਸਪੋਰਟਰਸ ਨੇ ਜਿਹੜੇ ਕਸਟਮਰ ਏਜੰਟ ਬ੍ਰੋਕਰ ਵੀ ਹੁੰਦੇ ਨੇ, ਉਹਨਾਂ ਨੇ ਕੰਟੈਕਟ ਕੀਤਾ, ਅਤੇ ਉਸ ਤੋਂ ਪਹਿਲਾਂ ਵੀ ਕੁਝ ਜਾਣਿਆਂ ਨੇ ਦੱਸਿਆ ਕਿ ਕੋਈ ਮਸ਼ੀਨ ਹੈ ਕਾਰਗੋ ਟਰਮੀਨਲ 'ਤੇ, ਉਹ ਠੀਕ ਨਹੀਂ ਸੀ ਓਪਰੇਟ ਕਰਦੀ, ਜਿਸ ਕਾਰਨ UK ਦੀ ਟੀਮ ਇੱਕ ਆਡਿਟ ਕਰਨ ਆਈ, ਅਤੇ ਉਹਨਾਂ ਨੇ ਐਕਸਪੋਰਟ ਦਾ ਲਾਇਸੈਂਸ ਸੀ ਜਿਹੜਾ ਉਹ ਕੈਂਸਲ ਕਰ ਦਿੱਤਾ ਹੈ। ਕਾਫੀ ਲੋਕ ਸਾਨੂੰ ਲਿਖਦੇ ਰਹਿੰਦੇ ਨੇ ਏਅਰਪੋਰਟ 'ਤੇ, ਇਹ ਕਰਵਾਓ, ਇਹ ਕਰਵਾਓ, ਅਸੀਂ ਵਾਰ ਵਾਰ ਦੱਸਦੇ ਹਾਂ ਅਸੀਂ ਏਅਰਪੋਰਟ ਦੇ ਇੰਪਲੋਈ ਨਹੀਂ, ਐਜ਼ ਅ ਵਲੰਟੀਅਰ ਇਹ ਕੰਮ ਕਰ ਰਹੇ ਹਾਂ, ਕੋਈ ਬਿਜ਼ਨਸ ਇੰਟਰਸਟ ਨਹੀਂ ਹੈ, ਮੇਰਾ ਵੀ ਕੋਈ ਨਹੀਂ ਹੈ, ਮੇਰੇ ਟੀਮ ਮੈਂਬਰਾਂ ਦਾ ਕੋਈ ਇੰਟਰਸਟ ਨਹੀਂ ਹੈ, ਨਾ ਸਾਡਾ ਐਕਸਪੋਰਟ ਦਾ ਬਿਜ਼ਨਸ ਹੈ, ਨਾ ਸਾਡਾ ਕਾਰਗੋ ਦਾ ਬਿਜ਼ਨਸ ਹੈ, ਨਾ ਟਰੈਵਲ ਏਜੰਸੀ ਦਾ। ਪਰ ਇਸੇ ਤਹਿਤ ਫਿਰ ਸਾਰੀ ਜਾਣਕਾਰੀ ਇਕੱਠੀ ਕੀਤੀ, ਉਹ ਜਿਹੜੀ ਮਸ਼ੀਨ ਦਾ ਲਾਇਸੈਂਸ ਹੈ ਉਹਨੂੰ ਕਹਿੰਦੇ RA3 ਲਾਇਸੈਂਸ, ਉਹ ਕੈਂਸਲ ਕਰ ਦਿੱਤਾ ਗਿਆ UK ਵੱਲੋਂ, ਅਤੇ ਕੋਈ ਵੀ ਕਾਰਗੋ UK ਅਤੇ ਯੂਰਪ ਪਿਛਲੇ 3 ਮਹੀਨਿਆਂ ਦਾ, ਫਿਰ 2-3 ਮਹੀਨਿਆਂ ਦਾ ਨਹੀਂ ਜਾ ਰਿਹਾ। ਰਿਪਲੇਸਮੈਂਟ ਮਸ਼ੀਨ ਪਤਾ ਲੱਗਾ ਕਿ ਵਾਰ ਵਾਰ ਕਹਿ ਰਹੇ ਨੇ
ਕਿ ਔਰੰਗਾਬਾਦ ਏਅਰਪੋਰਟ ਤੋਂ ਉਹ ਆਣੀ ਹੈ, ਪਰ 19 ਤਰੀਕ ਨੂੰ ਪਹਿਲਾਂ ਕਹਿੰਦੇ ਸੀ ਅਗਸਤ ਵਿੱਚ ਆਣੀ ਹੈ। ਹੁਣ ਜਦ ਅਸੀਂ ਫਿਰ ਮਿਨਿਸਟਰੀ ਆਫ ਸਿਵਲ ਏਵੀਏਸ਼ਨ ਨੂੰ, ਮੰਤਰੀ ਨੂੰ ਅਤੇ ਚੇਅਰਮੈਨ ਏਅਰਪੋਰਟ ਅਥਾਰਿਟੀ ਨੂੰ, ਅੰਮ੍ਰਿਤਸਰ ਦੇ ਏਅਰਪੋਰਟ ਡਾਇਰੈਕਟਰ ਨੂੰ, ਇਹਨਾਂ ਨੂੰ ਲਿਖਿਆ ਅਤੇ ਸਾਨੂੰ ਕਿਹਾ ਗਿਆ ਕਿ ਮਸ਼ੀਨ 12 ਸਤੰਬਰ ਨੂੰ ਅੰਮ੍ਰਿਤਸਰ ਪਹੁੰਚ ਜਾਏਗੀ। ਉਸ ਤੋਂ ਬਾਅਦ ਫਿਰ ਔਡਿਟ ਹੋਣਾ ਹੈ, ਫਿਰ ਔਡਿਟ ਦੀ ਟੀਮ ਆਏਗੀ, ਫਿਰ ਤੋਂ ਕਾਰਗੋ ਯੂਰਪ ਲਈ ਸ਼ੁਰੂ ਹੋਏਗਾ। ਨੀਓਜ਼, ਏਅਰਲਾਈਨ, ਰੋਮ, ਮਿਲਾਨ, ਇਹ ਵੀ ਸਾਰੇ ਕਾਰਗੋ ਲੈ ਕੇ ਜਾ ਸਕਦੇ ਹਨ। ਪਤਾ ਲੱਗਾ ਕਿ ਕਾਫੀ ਦਿੱਲੀ ਰਸ਼ ਹੋਣ ਕਰਕੇ ਕੁਝ ਬਿਜ਼ਨਸਿਸ ਚਾਹੁੰਦੇ ਨੇ ਕਿ ਉਹ ਅੰਮ੍ਰਿਤਸਰ ਕਰੋ। ਅਸੀਂ ਸਾਰਿਆਂ ਤੱਕ ਪਹੁੰਚ ਕੀਤੀ ਹੈ, ਲੈਟਰਸ ਲਿਖੀਆਂ ਨੇ, ਪਰ ਬਦਕਿਸਮਤੀ ਬੜੇ ਡਿਸਅਪੁਆਇੰਟਡ ਹਾਂ ਕਿ ਉਹ 12 ਸਤੰਬਰ ਨੂੰ ਵੀ ਮਸ਼ੀਨ ਸ਼ਿਪ ਨਹੀਂ ਹੋ ਸਕੀ ਅਤੇ ਕਰੋੜਾਂ ਦਾ ਨੁਕਸਾਨ ਜਿਹੜਾ ਹੈ ਉਹ ਹੋ ਰਿਹਾ ਹੈ। ਇਹ ਸਾਰੇ ਜਿਹੜੇ ਬ੍ਰੋਕਰਸ ਨੇ, ਟ੍ਰੇਡਰਸ ਨੇ, ਉਹਨਾਂ ਨੇ ਆਪਣਾ ਸਮਾਨ ਬਾਹਰ ਭੇਜਣਾ ਸੀ, ਹੁਣ ਉਹਨਾਂ ਨੂੰ ਕਿਤੇ ਹੋਰੋਂ ਭੇਜਣਾ ਪੈ ਰਿਹਾ ਹੈ। ਪਰ ਇਹ ਨੁਕਸਾਨ ਜਿਹੜਾ ਹੈ ਪੰਜਾਬ ਤੋਂ ਹੋਰ ਵੀ ਉਹਨਾਂ ਨੇ ਲੋਕਾਂ ਨੇ ਸ਼ਿਫਟ ਹੋਣਾ ਸੀ, ਇੰਪਲੋਇਮੈਂਟ ਜਨਰੇਟ ਹੋਣੀ ਸੀ। ਇਹਦੇ ਤਹਿਤ ਜਿਹਨਾਂ ਨਾਲ ਗੱਲ ਵੀ ਕਰ ਰਹੇ ਹਾਂ, ਲਿਖਿਆ ਵੀ ਹੈ, ਚੇਅਰਮੈਨ ਤੱਕ ਪਹੁੰਚ ਕੀਤੀ ਹੈ ਲੈਟਰਸ ਦੇ ਥਰੂ, ਧੰਨਵਾਦੀ ਹਾਂ। ਕੁਝ ਲੀਡਰ ਵੀ ਨੇ ਜਿਹੜੇ ਪੋਲੀਟੀਸ਼ੀਅਨਸ, ਉਹਨਾਂ ਨਾਲ ਗੱਲ ਕਰਕੇ ਜਿਹੜੇ ਗਵਰਨਮੈਂਟਸ ਨੇ, ਕੇਂਦਰ ਦੇ, ਸਰਕਾਰ ਦੇ, ਪਰ ਅਨਫੋਰਚੁਨੇਟਲੀ ਕੋਈ ਕਾਰਵਾਈ ਨਹੀਂ ਹੋ ਸਕੀ। ਪੰਜਾਬ ਸਰਕਾਰ ਉਹਦੇ ਪਹਿਲਾਂ ਆਪਣਾ ਪੱਲਾ ਝਾੜ ਲੈਂਦੀ ਹੈ ਕਿ ਅਸੀਂ ਸੈਂਟਰ ਦਾ ਹੈ, ਪਰ ਇੱਕ ਐਗਜ਼ਾਮਪਲ ਜ਼ਰੂਰ ਦੇਣਾ ਚਾਹਾਂਗੇ। ਕੇਰਲਾ ਦੇ 4 ਅੰਤਰਰਾਸ਼ਟਰੀ ਹਵਾਈ ਅੱਡੇ ਨੇ, ਏਅਰ ਇੰਡੀਆ ਐਕਸਪ੍ਰੈਸ ਜਾਂ ਕੋਈ ਵੀ ਫਲਾਈਟ ਉਹਨਾਂ ਦੀ ਘੱਟ ਜਾਏ, ਕੁਛ ਹੋ ਜਾਏ, ਜਾਂ ਕੋਈ ਵੀ ਉਹਨਾਂ ਨੇ ਇਸ਼ੂ ਆਵੇ, ਉਹਨਾਂ ਦਾ CM ਦਿੱਲੀ ਪਹੁੰਚ ਜਾਂਦਾ, ਦਿੱਲੀ ਡੇਰੇ ਲਾ ਲੈਂਦਾ। ਸਾਡੇ CM ਤਾਂ ਦਿੱਲੀ ਬਹੁਤ ਕੋਲ ਹੈ, ਪਰ ਜਾਂਦੇ ਨੇ। ਉਹਨਾਂ ਨੂੰ ਬੇਨਤੀ ਹੈ ਕਿ ਜਿਹੜੇ ਪੰਜਾਬ ਦੇ ਅਫਸਰ ਨੇ ਜਾਂ ਕੋਈ ਵੀ ਹੈ, ਉਹਨਾਂ ਨੂੰ ਲੋੜ ਹੈ ਅਗਰੈਸਿਵਲੀ, ਜੇਕਰ ਟੈਲੀਫੋਨ ਕਰਕੇ ਅਸੀਂ ਵੀ ਪਤਾ ਕਰਾ ਸਕਦੇ ਹਾਂ ਕਿੱਥੇ ਮਾਮਲਾ ਅੜਿਆ ਹੈ, ਕਿੱਥੇ ਕਿਸ ਤਰ੍ਹਾਂ ਉਸ ਚੀਜ਼ ਨੂੰ ਅਸੀਂ ਸੋਲਵ ਕਰਵਾ ਸਕਦੇ ਹਾਂ, ਉਹ ਕਰਨ ਦੀ ਲੋੜ ਹੈ। ਸੋ ਇਹ ਜਾਣਕਾਰੀ ਦੇਣੀ ਚਾਹੁੰਦੇ ਸਾਂ ਕਿ ਪੰਜਾਬ ਵਿੱਚ ਬਹੁਤ ਪੋਟੈਂਸ਼ੀਅਲ ਹੈ। ਜਦੋਂ ਗੱਲ ਹੋ ਰਹੀ ਹੈ ਪੈਰੀਸ਼ੇਬਲ ਕਾਰਗੋ ਦੀ, ਲੀਚੀ, ਕਿੰਨੂ, ਉਹਨਾਂ ਨੂੰ ਬਹੁਤ ਪਸੰਦ ਹੈ ਵਿਦੇਸ਼ ਵਿੱਚ ਕਈਆਂ ਨੂੰ, ਕੁਝ ਮੁਲਕ ਨੇ, ਅਤੇ ਉਹਨਾਂ ਨਾਲ ਗੱਲ ਕੀਤੀ ਹੈ ਅਤੇ ਹੋਰ ਜਾਣਕਾਰੀ ਅਸੀਂ ਦਿੰਦੇ ਰਹਾਂਗੇ। ਪਰ ਇਸ ਸਮੇਂ ਯੂਰਪ ਲਈ ਜਿਹੜਾ ਕਾਰਗੋ ਬਹੁਤ ਘੱਟ ਜਾ ਰਿਹਾ ਹੈ, 300 ਤੋਂ 400 ਟਨ ਕਾਰਗੋ ਹਰ ਮਹੀਨੇ ਜਾਣਾ ਸ਼ੁਰੂ ਹੋ ਗਿਆ ਸੀ। ਅਤੇ ਉਮੀਦ ਕਰਦੇ ਹਾਂ, ਪੂਰੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਇੰਪਲੋਇਮੈਂਟ ਜਨਰੇਟ ਕਰ ਸਕਦੇ ਹਾਂ, ਕਿਸ ਤਰ੍ਹਾਂ ਏਅਰਪੋਰਟ ਨੂੰ, ਪੰਜਾਬ ਨੂੰ ਹੋਰ ਖੁਸ਼ਹਾਲ, ਹੋਰ ਫਾਈਨੈਂਸ਼ੀਅਲੀ ਇਹ ਸਾਰੇ ਜਿਹੜੇ ਇਨਕਮ ਆਏਗੀ, ਜੋਬਸ ਮਿਲਣਗੀਆਂ, ਉਹਦੇ ਲਈ ਏਅਰਪੋਰਟ ਦਾ ਇੱਕ ਵੱਡਾ ਹੱਥ ਹੈ। ਅਤੇ ਅਸੀਂ ਵਾਰ ਵਾਰ ਪੰਜਾਬੀਆਂ ਨੂੰ ਕਹਿੰਦੇ ਰਹਿੰਦੇ ਹਾਂ ਕਿ ਅੰਮ੍ਰਿਤਸਰ ਨੂੰ ਤਰਜੀਹ ਦਿਓ, ਅੰਮ੍ਰਿਤਸਰ ਤੋਂ ਟਿਕਟ ਦੇਖੋ, ਜੇ ਕੁਛ ਮਹਿੰਗੀ ਵੀ ਹੈ, ਮੰਨਦੇ ਹਾਂ ਜੇਕਰ $1,000 ਇੱਕ ਬੰਦੇ ਦੀ ਟਿਕਟ ਮਹਿੰਗੀ ਹੋਵੇ ਤਾਂ ਜ਼ਰੂਰ ਫਿਰ ਤੁਸੀਂ ਵਾਇਆ ਦਿੱਲੀ ਜ਼ਰੂਰ ਜਾਓ ਜਾਂ ਕਿਸ ਤਰ੍ਹਾਂ ਵੀ ਹੈ, ਪਰ ਕੋਸ਼ਿਸ਼ ਕਰੋ ਜੇਕਰ ਜਿੰਨਾ ਅਸੀਂ ਕਰ ਸਕਦੇ ਹਾਂ। ਮੁਸ਼ਕਲਾਂ ਫਿਰ ਵਾਰ ਵਾਰ ਕਹਿੰਦੇ ਹਾਂ, ਇਹ ਏਅਰਪੋਰਟ ਅਥਾਰਿਟੀ ਆਫ ਇੰਡੀਆ ਦੇ ਅੰਡਰ ਏਅਰਪੋਰਟ ਹੈ, ਪ੍ਰਾਈਵੇਟ ਨਹੀਂ ਹੈ। ਅਸੀਂ ਵਾਰ ਵਾਰ ਦਿੱਲੀ ਕੰਪੇਅਰ ਕਰ ਰਹੇ ਹਾਂ, ਬੜੇ ਲੋਕ ਕਹਿੰਦੇ ਨੇ ਭਾਅ ਜੀ ਜੇ ਕਿਸੇ ਨੂੰ ਇੱਕ ਵਾਰੀ ਖੱਜਲ ਖੁਆਰੀ ਹੋਵੇ ਉਹ ਫਿਰ ਨਹੀਂ ਪ੍ਰੈਫਰ ਕਰਦੇ, ਪਰ ਸਾਡੇ ਲਈ ਇਹੀ ਹੈ ਕਿ 8 ਘੰਟੇ ਦੀ ਖੱਜਲ ਖੁਆਰੀ ਡਰਾਈਵ ਕਰਕੇ ਜਾਂ ਜਿਸ ਤਰ੍ਹਾਂ ਵੀ ਪੰਜਾਬ ਤੋਂ ਜਾਂਦੇ ਨੇ ਲੋਕ ਬੱਸਾਂ 'ਤੇ, ਉਹਦੀ ਬਜਾਏ ਏਅਰ 'ਤੇ ਬਾਏ ਏਅਰ ਆ ਕੇ ਭਾਵੇਂ ਵਾਇਆ ਦਿੱਲੀ ਆ ਜਾਓ ਅਤੇ ਜ਼ਰੂਰ ਆਓ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੂੰ ਜ਼ਰੂਰ ਫੋਲੋ ਕਰੋ ਅਤੇ ਉਮੀਦ ਕਰਦੇ ਹਾਂ ਕਿ ਤੁਹਾਡੇ ਲਈ ਕੁਝ ਅਪਡੇਟਸ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੂੰ ਸੋਸ਼ਲ ਮੀਡੀਆ 'ਤੇ ਜ਼ਰੂਰ ਫੋਲੋ ਕਰੋ। ਬਹੁਤ ਬਹੁਤ ਧੰਨਵਾਦ।